ਸਤਿਕਾਰ ਪਿਆਰੇ ਵਿਦਿਆਰਥੀਓ ਅੱਜ ਆਪਾਂ ਆਪਣੀ ਜਮਾਤ ਦੂਜੀ ਵਿਸ਼ਾ ਗਣਿਤ ਦਾ ਪੰਨਾ ਨੰਬਰ 5 6 ਅਤੇ 7 ਕਰਨ ਜਾ ਰਹੀ ਹਾਂ ਪਿਆਰੇ ਵਿਦਿਆਰਥੀਓ ਜਦੋਂ ਤੁਸੀਂ ਆਪਣੀ ਗਣਿਤ ਦੀ ਦੁਨੀਆ ਦੀ ਪੁਸਤਕ ਨੂੰ ਖੋਲਦੇ ਹੋ ਤਾਂ ਇਸ ਵਿੱਚ ਪੰਨਾ ਨੰਬਰ 4 5 6 7 ਦੇ ਉੱਪਰ ਤੁਹਾਨੂੰ ਬਹੁਤ ਸਾਰੇ ਕਰੰਸੀ ਨੋਟਾਂ ਦੀਆਂ ਤਸਵੀਰਾਂ ਨਜ਼ਰ ਆਉਣਗੀਆਂ ਪਿਆਰੇ ਵਿਦਿਆਰਥੀਓ ਇਹ ਕੀ ਹੈ ਇਸ ਦੇ ਨਾਲ ਸਾਨੂੰ ਇਕਾਈ ਅਤੇ ਦਹਾਈ ਦਾ ਕਨਸੈਪਟ ਕਲੀਅਰ ਕੀਤਾ ਗਿਆ ਹੈ ਦੇਖੋ ਇਕਾਈ ਦਹਾਈ ਕਨਸੈਪਟ ਕਲੀਅਰ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਾਂ ਇਨ ਰੰਗਾਂ ਦੀ ਵਰਤੋਂ ਕਰਦੇ ਹਾਂ ਇੱਕ ਦਾ ਮਤਲਬ ਹੈ ਇੱਕ ਇਕਾਈ ਦੋ ਇਕਾਈ ਤਿੰਨ ਇਕਾਈਆਂ ਚਾਰ ਇਕਾਈਆਂ ਪੰਜ ਇਕਾਈਆਂ ਛੇ ਇਕਾਈਆਂ ਸੱਤ ਇਕਾਈਆਂ ਅੱਠ ਇਕਾਈਆਂ ਨੌ ਅਤੇ ਦਸ ਜਦੋਂ ਸਾਡੇ ਕੋਲ ਦਸ ਇਕਾਈਆਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਅਸੀਂ ਇਹਨਾਂ ਦਸ ਇਕਾਈਆਂ ਦਾ ਇੱਕ ਦਹਾਈ ਦਾ ਰੂਪ ਦੇ ਦਿੰਦੇ ਹਾਂ ਪਿਆਰੇ ਵਿਦਿਆਰਥੀਓ ਦਸ ਇਕਾਈਆਂ ਦਾ ਅਰਥ ਹੁੰਦਾ ਹੈ ਇੱਕ ਦਹਾਈ ਹੁਣ ਅਸੀਂ ਇਹਨਾਂ ਇਕਾਈਆਂ ਦਹਾਈਆਂ ਨੂੰ ਆਪਣੇ ਕਰੰਸੀ ਨੋਟਾਂ ਦੀ ਮਦਦ ਦੇ ਨਾਲ ਪੜਾਂਗੇ ਅੱਜ ਅਸੀਂ ਪੜਨਾ ਹੈ ਕਰੰਸੀ ਨੋਟਾਂ ਦੇ ਨਾਲ ਇਕਾਈ ਦਹਾਈ ਦਾ ਗਿਆਨ ਪਿਆਰੇ ਵਿਦਿਆਰਥੀਓ ਆ ਦੇਖੋ ਸਾਡੇ ਕੋਲ ਇੱਕ ਇੱਕ ਦੇ ਦਸ ਨੋਟ ਹਨ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਅਤੇ ਦਸ ਇਹ ਹਨ ਸਾਡੀਆਂ ਦਸ ਇਕਾਈਆਂ ਦਸ ਇੱਕ ਇੱਕ ਦੇ ਨੋਟਾਂ ਨੂੰ ਅਸੀਂ ਕਹਾਂਗੇ ਦਸ ਇਕਾਈਆਂ ਜਦੋਂ ਸਾਡੀਆਂ ਦਸ ਇਕਾਈਆਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਇਹ ਇੱਕ ਦਹਾਈ ਦਾ ਰੂਪ ਲੈ ਲੈਂਦੀ ਹੈ ਦਸ ਇਕਾਈਆਂ ਦਾ ਅਰਥ ਹੈ ਇੱਕ ਦਹਾਈ ਅਗਰ ਸਾਡੇ ਕੋਲ 20 ਇਕਾਈਆਂ ਹਨ ਤਾਂ 20 ਇਕਾਈਆਂ ਦੇ ਨਾਲ ਸਾਡੀਆਂ ਦੋ ਦਹਾਈਆਂ ਬਣ ਜਾਂਦੀਆਂ ਹਨ 20 ਇਕਾਈ ਦਾ ਅਰਥ ਹੈ ਦੋ ਦਹਾਈ ਪਿਆਰੇ ਵਿਦਿਆਰਥੀਓ ਇੰਨਾ ਹੀ ਕਰੰਸੀ ਨੋਟਾਂ ਦੇ ਨਾਲ ਅਸੀਂ ਕੁਝ ਸੰਖਿਆਵਾਂ ਬਣਾਵਾਂਗੇ ਜਿਵੇਂ ਪਹਿਲੀ ਸੰਖਿਆ ਹੈ 26 ਇਸ 26 ਦੇ ਵਿੱਚ ਦੋ ਦਹਾਈਆਂ ਅਤੇ 6 ਇਕਾਈਆਂ ਹਨ ਵੀ ਇਸ ਤਰ੍ਹਾਂ ਬਣਦਾ ਹੈ ਦਸ 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 ਵੀ ਤਾਂ ਇਹ ਕਿੰਨੀਆਂ ਦਹਾਈਆਂ ਹਨ ਇਹ ਹਨ ਦੋ ਦਹਾਈਆਂ ਦੇਖੋ ਅਸੀਂ ਇੱਥੇ ਲਿਖਿਆ ਹੈ ਦੋ ਦਹਾਈਆਂ ਤੇ ਇਸ ਵਿੱਚ ਇਕਾਈਆਂ ਕਿੰਨੀਆਂ ਹਨ ਕਿਉਂਕਿ ਸੰਖਿਆ ਦੇ ਵਿੱਚ ਆਪਣੇ ਆਪ ਦੱਸ ਰਹੀ ਹੈ ਕਿ ਸੰਖਿਆ ਵਿੱਚ ਹਨ 6 ਇਕਾਈਆਂ 1 2 3 4 5 6 ਤਾਂ ਦੋ ਦਹਾਈਆਂ 6 ਇਕਾਈਆਂ ਮਿਲ ਕੇ ਸਾਡੀ ਸੰਖਿਆ ਬਣਾਉਂਦੀ ਹੈ 26 ਇਸੇ ਤਰੀਕੇ ਨਾਲ ਜੋ ਦੂਜੀ ਸੰਖਿਆ ਹੈ 42 42 ਦੇ ਵਿੱਚ ਸਾਡੀਆਂ 4 ਦਹਾਈਆਂ ਆਉਂਦੀਆਂ ਹਨ 1 2 3 4 4 ਦਹਾਈਆਂ ਅਤੇ ਇਕਾਈਆਂ ਕਿੰਨੀਆਂ ਹਨ ਇਸ ਵਿੱਚ 2 ਇਕਾਈਆਂ ਹਨ 1 ਅਤੇ 2 ਤਾਂ ਪਿਆਰੇ ਵਿਦਿਆਰਥੀਓ 42 4 ਦਹਾਈਆਂ 2 ਇਕਾਈਆਂ ਮਿਲ ਕੇ ਸਾਡੀ ਸੰਖਿਆ ਬਣਦੀ ਹੈ 42 ਇਸੇ ਤਰੀਕੇ ਦੇ ਨਾਲ ਅਸੀਂ ਕੁਝ ਹੋਰ ਸੰਖਿਆ ਜਿਵੇਂ 32 ਦਸ 4 14 25 ਇਸ ਤਰ੍ਹਾਂ ਦੀਆਂ ਕੁਝ ਸੰਖਿਆਵਾਂ ਬਣਾਵਾਂਗੇ ਜੋ ਸਾਡੀ ਦਹਾਈ ਦੇ ਸਥਾਨ ਤੇ ਹੋਏਗੀ ਜਿਵੇਂ 32 ਦਾ 3 ਦਹਾਈਆਂ ਅਤੇ 2 ਇਕਾਈਆਂ ਦਸ 4 14 ਤਾਂ 1 ਦਹਾਈ ਅਤੇ 4 ਇੱਕ ਦਹਾਈ ਅਤੇ 4 ਇਕਾਈਆਂ 25 2 ਦਹਾਈਆਂ ਅਤੇ 5 ਇਕਾਈਆਂ ਦੇ ਨਾਲ ਸਾਡੀਆਂ ਇਹ ਸੰਖਿਆਵਾਂ ਬਣਨਗੀਆਂ ਪਿਆਰੇ ਵਿਦਿਆਰਥੀਓ ਹੁਣ ਤੁਹਾਡਾ ਹੈ ਘਰ ਦਾ ਕੰਮ ਜਦੋਂ ਤੁਸੀਂ ਆਪਣੀ ਗਣਿਤ ਦੀ ਪੁਸਤਕ ਖੋਲਦੇ ਹੋ ਤਾਂ ਇਸ ਵਿੱਚ ਪੰਨਾ ਨੰਬਰ 4 5 ਦੇ ਉੱਪਰ ਤੁਹਾਨੂੰ ਕਰੰਸੀ ਨੋਟਾਂ ਦੇ ਨਾਲ ਸੰਖਿਆਵਾਂ ਬਣਾਉਣੀਆਂ ਸਿਖਾਈਆਂ ਗਈਆਂ ਹਨ ਅਤੇ ਪੰਨਾ ਨੰਬਰ 6 7 ਦੇ ਵਿੱਚ ਕੁਝ ਕਰੰਸੀ ਨੋਟਾਂ ਦੀਆਂ ਤਸਵੀਰਾਂ ਦਿੱਤੀਆਂ ਗਈਆਂ ਹਨ ਇਹਨਾਂ ਨੂੰ ਗਿਣ ਕੇ ਤੁਸੀਂ ਇੱਥੇ ਸੰਖਿਆਵਾਂ ਬਣਾਉਣੀਆਂ ਹਨ
अगले पन्ने दे विच संख्यावां दित्तियां हन अते तुसी उस दे सामने करंसी नोटां दीआं तस्वीरां बनानीआं हन। मैनूं उम्मीद है कि तुहानूं सारे बच्चिआं नूं करंसी नोटां दी सहायता दे नाल इकाई दहाई दा ग्यान चंगी तरह नाल प्राप्त हो गया होएगा। धन्यवाद।